सर गला घुट के मारिया होया जी। मैनू दस रोटी लिया मगर चाह बना के लिया मांग। मैं जरदा खा लिया। ਵਧੀਆ ਵਧੀਆ ਜੀ ਲਾ ਲਿਆ ਦੀ ਪੁੱਤ ਬਸ ਆਣ ਨਹੀਂ ਦਿੱਤਾ ਦੇਖ ਲੈ ਮੇਰਾ ਵੀ ਨਹੀਂ ਜੀ ਲੱਗਿਆ ਤੇਰੇ ਬਿਨਾਂ ਤਾਂ ਮੈਂ ਤਾਂ ਆਪਣੀ ਮਾਂ ਦੀ ਸ਼ਕਲ ਤੱਕ ਨਹੀਂ ਦੇਖੀ ਸੀ ਮੇਰੇ ਲਈ ਤਾਂ ਤੁਸੀਂ ਹੀ ਮੇਰੀ ਮਾਂ ਹੋ ਨਾ ਨਹੀਂ ਮੈਨੂੰ ਤੇਰੀ ਲੋੜ ਨਹੀਂ ਗਾਹ ਜਾ ਡੰਡੀ ਲੱਗਾ ਹਲੋ ਬਾਪੂ ਜੀ ਚਾਹ ਪੀ ਲਓ ਲੈ ਆ ਬਣ ਨਹੀਂ ਗਈ ਤੂੰ ਪੁੱਤ ਅੱਜ नहीं बापू जी वो चाची ने कहा सी भी आज घर रह जा घर दे काम कुम ले तू पता ओदी पढ़ाई कनी गौर रख चाची हाँ। दे ना बड़ा सुनिया कर तू हां जी बापू जी हां तेरी मां तो बाद तू ही सहारा नाले मेनू हुन जी बापू जी हां आपा ने कुछ देना नहीं हैगा इना दा तू मड़ा जा ना थल्ले रख के ना काम करया कर मैं तू दसा ठीक है बापू जी तू पता ओदी पढ़ाई ते गौर रख हां जी ना मड़े मड़े कमा पीछे घरे रह जा कर एदा काम दा चलदी रहणगे हां जी बापू जी ਨਾਲੇ ਤਾਂ ਹੈ ਨਹੀਂ ਕਿਸੇ ਕੰਮ ਦੀ ਕੱਠ ਤਾਂ ਮੈਨੂੰ ਮਜਬੂਰੀ ਕਰਕੇ ਰੱਖਣਾ ਪੈ ਗਿਆ ਉਦੋਂ ਤੂੰ ਨਿਆਣੀ ਤੀ ਤੇਰੀ ਮਾਂ ਮਰ ਗਈ ਤੀ ਹਾਂ ਉਹ ਤਾਂ ਮੈਨੂੰ ਰਿਸ਼ਤੇਦਾਰਾਂ ਦੇ ਤੇ ਪੰਚਾਇਤ ਦੀ ਮੰਨਣੀ ਪੈਗੀ ਨਹੀਂ ਇਹ ਕਿਸੇ ਕਰਮ ਦੇ ਹੈ ਨਹੀਂ ਗੇ ਚਲੋ ਕੋਈ ਨਾ ਤੁਸੀਂ ਨੈਣੀ ਚਿੰਤਾ ਕਰਿਆ ਕਰੋ ਹਾਂ ਕੋਈ ਨਹੀਂ ਹੋ ਜੂਗਾ ਸਭ ਠੀਕ ਚਲੋ ਠੀਕ ਹੈ ਤੁਸੀਂ ਚਾਹ ਪੀਓ ਫਿਰ ਮੈਂ ਜਾਂਦੀ ਹਾਂ ਕੰਮ ਕੁੰਮ ਦੇਖਦੀ ਹਾਂ ਇਹ ਮੇਰਾ ਮਾਲਕਾ ਤੇਰੇ ਮੂਹਰੇ ਇੱਕੋ ਹੀ ਅਰਜ਼ ਹੈ ਮੇਰੇ ਬੈਠੇ ਬੈਠਿਆ ਮੇਰੀ ਕੁੜੀ ਦਾ ਕੁਝ ਬਣ ਜੇ ਜੇ ਕੱਲ ਨੂੰ ਮੈਂ ਅੱਖਾਂ ਵਿੱਚ ਕਿਹਾ ਮੇਰੀ ਕੁੜੀ ਰੁੱਲ ਜੂ ਆ ਸਰੀਕਾਂ ਦੀ ਤਾਂ ਮੇਰੀ ਜ਼ਮੀਨ ਦੀ ਅੱਖ ਹੈ ਤਾਂ ਮਾੜੇ ਵੀ ਨਾ ਹੋਣੇ ਲਿਆਓ ਚਾਚੀ ਮੈਂ ਲਾ ਦਿੰਦੀ ਹਾਂ ਝਾੜੂ ਤੁਸੀਂ ਕਿਉਂ ਲੱਗੇ ਹੋ ਮੇਰੀ ਗੱਲ ਸੁਣ ਮੈਂ ਕਿੰਨੇ ਫਾਲ ਮਾਰ ਲਏ 12 ਕੰਮਾਂ ਨੂੰ ਵਜਾ ਦੇ ਤੈਂ ਹੁਣ ਕਹਿੰਦੀ ਮੈਂ ਝਾੜੂ ਲਾ ਦਿੰਦੀ ਹਾਂ ਤੈਨੂੰ ਪਹਿਲਾਂ ਨਹੀਂ ਸੁਣਿਆ ਚਾਚੀ ਉਹ ਚਾਹ ਬਣਾ ਕੇ ਦਿੰਦੀ ਸੀ ਮੈਂ ਚਾਹ ਬਣਾ ਕੇ ਦਿੰਦੀ ਤੇ ਮੇਰੇ ਚੋਲੀਆਂ ਕਰਦੇ ਦੋਏ ਵੀ ਉਤੀ ਨਹੀਂ ਚਾਚੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਗੱਲ ਕਿਉਂ ਨਹੀਂ ਰੱਜ ਲੈ ਹੁਣ ਹੁੰਦਾ ਜੁਗਲੇ ਕਰ ਕਰਕੇ ਨਹੀਂ ਚਾਚੀ ਨਹੀਂ ਚਾਚੀ ਨਹੀਂ ਚਾਚੀ ਇੱਕੋ ਹੀ ਗੱਲ ਸੀ ਆਈ ਹੋਈ ਹੈ ਮੇਰੀ ਗੱਲ ਸੁਣ ਲੈ ਮੈਂ ਤਾਂ ਕੱਪੜੇ ਧੋਣ ਵਾਲੇ ਪਾਈ ਨੇ ਹਾਂਜੀ ਚਾਚੀ ਮੈਂ ਮਸ਼ੀਨ ਲਾ ਕੇ ਕੱਪੜੇ ਧੋ ਦਿੰਨੀ ਆ ਸਾਰਾ ਸੰਭਰਨ ਵਾਲਾ ਵੀ ਹਲੇ ਪਿਆ ਮੈਂ ਤਾਂ ਇੱਥੇ ਇੱਥੇ ਸੰਭਰਿਆ ਗੱਲਾਂ ਮੈਂ ਕਰ ਦਿੰਨੀ ਆ ਤੁਸੀਂ ਬਹਿ ਜਾਓ ਆਰਾਮ ਮਸ਼ੀਨ 'ਚ ਨਹੀਂ ਕੱਪੜੇ ਧੋਣੇ ਕਹਿੰਦੀ ਮੈਂ ਮਸ਼ੀਨ 'ਚ ਧੋ ਦਿੰਨੀ ਆ ਪਤਾ ਐਡਾ ਵੱਡਾ ਬਿੱਲ ਹੁੰਦਾ ਕਿੱਥੋਂ ਭਰੂੰ ਤੇਰਾ ਪਿਓ ਤਾਂ ਉਵੇਂ ਕਿਰਕਿਰ ਕਰਦਾ ਸੁੰਮੀ ਬੰਦਾ ਉਹ 2 ਰੁਪਏ ਇਸ ਘਰ 'ਚ ਦੇ ਕੇ ਰਾਜੀ ਨਹੀਂ ਗੱਠਾਂ ਦੇਣ ਲੱਗ ਰਿਹਾ ਪਤਾ ਨਹੀਂ ਕਿਹਦੇ ਵਾਸਤੇ ਚਲੋ ਮੈਂ ਹੱਥ ਨਾਲ ਧੋ ਦਿੰਦੀ ਹਾਂ ਚਾਚੀ ਬਹਿ ਜਾਓ ਤੁਸੀਂ ਆਰਾਮ ਨਾਲ ਹੈਰਾਨ ਕਰ ਲੈਂਦਾ ਨੇ ਪਿਓਤੀ ਨੇ ਖਾਣੀ ਅੰਦਰ ਵੜ ਕੇ ਕੀ ਕੋਚਰ ਕੋਚਰ ਕਰੀ ਜਾਂਦੇ ਨੇ ਮੇਰੀਆਂ ਚੁਗਲੀਆਂ ਕਰਦੇ ਨੇ ਹੋਰ ਤਾਂ ਉਹਨਾਂ ਨੇ ਕੀ ਕਰਨਾ ਕਿੰਨੇ ਭਲਾ ਕਰ ਲੈ ਕਿਸੇ ਦਾ ਇਹਨਾਂ ਦਾ ਤਾਂ ਇਹੀ ਹਾਲ ਰਹੂਗਾ ਮੈਂ ਭੱਲੀ ਰੱਖਿਆ ਵਾਂ ਕੱਖ ਕੰਡਾ ਵੱਢ ਲਊਗਾ ਜੇ ਟਾਈਮ 'ਤੇ ਕਿਹੜਾ ਘਰੇ ਵੜਦਾ ਹੈ ਆਹ ਕੱਟਾ ਦੇਖ ਲਾ ਵਿਚਾਰਾ ਇੱਥੇ ਖੜਾ ਹੈਗਾ ਇਹਨੂੰ ਐਂ ਨਹੀਂ ਵੀ ਖੁਰਲੀ 'ਤੇ ਬੰਨਦਾ ਮਾੜੇ ਮੋਟੇ ਕੱਖ ਖਾ ਲੂਗਾ ਹਾਂ ਆਉਂਦਾ ਖਾਣੀ ਕਿੱਥੋਂ ਆਇਆ ਹਾਂ ਦੱਸ 80 ਰੁਪਏ ਦੇ ਮੈਨੂੰ ਨੱਬਲ ਮੁੰਨਾ ਦੱਸ ਤੂੰ ਗਿਆ ਕਿੱਥੇ ਸੀ ਮੈਂ ਤਾਂ ਪਾਗੀ ਨਾਲ ਸੀਗਾ ਤੇ 10 ਰੁਪਏ ਦੇ ਮੈਨੂੰ ਜਰਦੇ ਨੂੰ 70 ਉੱਥੇ ਲੱਗਣਗੇ ਚੱਲ 90 ਦੇ ਦੇ ਤਰੋਂ ਲੈ ਜਾਣਾ ਮੰਡੀ ਤੇ ਉਹ ਮੈਂ ਮਰ ਜਾਣਾ ਰੋਟੀ ਖਾ ਲਿਆ ਕਰਕੇ ਸੇ ਟਾਈਮ ਤੇ ਸਾਰਾ ਦਿਨ ਜਰਦੇ ਨੂੰ ਲੱਗਾ ਰਹਿਣਾ ਦੰਦ ਖਰਾਬ ਹੋ ਜਾਣਗੇ ਮੈਂ ਖੀਰ ਖਾਇਆ ਸੀ ਉਹਨਾਂ ਦੇ ਤੂੰ ਮੈਨੂੰ ਪੈਸੇ ਦੇ ਉਹਨਾਂ ਫੜਾ ਮੈਨੂੰ ਐ ਦੱਸ ਪਹਿਲਾਂ ਹਾਂ ਪੈਸਿਆਂ ਦਾ ਤੂੰ ਕਰਨਾ ਕੀ ਐ ਫਾਲਤੂ ਪੈਸੇ ਨਹੀਂ ਲਾਇਆ ਕਰਦੇ ਓ ਯਾਰ ਗਾਈ ਲੈ ਕੇ ਆਉਣੀਆਂ ਤੈਨੂੰ ਲੈ ਜਾਣਾ ਮੰਡੀ ਤੇ ਤੈਨੂੰ ਕਹੀ ਤਾਂ ਜਾਣਾ ਚੱਲ ਵੇ ਕੋਈ ਕੰਮ ਦੀ ਗੱਲ ਕਰ ਲਿਆ ਕਰ ਸਾਡੇ ਤੁਰਿਆ ਫਿਰਦਾ ਲੋਕਾਂ ਨਾਲ ਮੰਡੀਆਂ ਤੇ ਆ ਇੱਧਰ ਨਹੀਂ ਆ ਇੱਧਰ ਮੈਨੂੰ ਐ ਦੱਸ ਰੋਟੀ ਲਿਆ ਮਗਰ ਚਾਹ ਬਣਾ ਕੇ ਲਿਆ ਮਾਂ ਮੈਂ ਤਾਂ ਜਰਦਾ ਖਾ ਲਿਆ ਬੇ ਮਰ ਜਾਣਾ ਤੂੰ ਜਿਹੜਾ ਰੋਜ਼ ਇੰਨਾ ਇੰਨਾ ਜਰਦਾ ਖਾਣਾ ਕਿਤੇ ਅੰਦਰੇ ਤਾਂ ਨਹੀਂ ਨਿਭਾਈ ਜਾਂਦਾ ਹੋਰ ਕੀ ਬਾਹਰ ਸੜਦੇ ਹੁੰਦੇ ਨੇ ਟੁੱਟ ਜਾਣਿਆ ਕੈਂਸਰ ਹੋ ਜਾਊਗਾ ਕਿੱਥੋਂ ਨਵੇਂ ਤੋਂ ਨਵੇਂ ਸੈਪੀ ਬੀਜਦਾ ਫਿਰਦਾ ਤੂੰ ਮੇਰੀ ਜਾਨ ਨੂੰ ਬਾਹਰ ਕੱਢ ਦਿੰਦੇ ਨੇ ਜਰਦਾ ਬੀਬੀ ਨਾਲੇ ਕਹਿੰਦੇ ਅੰਦਰ ਨਗਾਉਂਦੇ ਹੁੰਦੇ ਨੇ ਫਿਰ ਮੈਂ ਨਵਾਂ ਨਵਾਂ ਲੱਗਣਾ ਖਾਣਾ ਜੇ ਪਤਾ ਨਹੀਂ ਲੱਗਦਾ ਮੈਨੂੰ ਤਾਂ ਮੈਂ ਬੀੜੀ ਪੀਆ ਕਰੂੰ ਬੀਬੀ ਇਹੀ ਕਸਰ ਰਹੇਗੀ ਇਹੀ ਕਸਰ ਰਹੇਗੀ ਉਹ ਤਾਂ ਲੰਘ ਗਿਆ ਟਾਈਮ ਜਾਣ ਦੇ ਤੂੰ ਪੁੱਤ ਮੇਰੀ ਗੱਲ ਸੁਣ ਲੈ ਨਾਲੇ ਇੱਕ ਧਿਆਨ ਨਾਲ ਉਹ ਤੇਰਾ ਤਾਇਆ ਨਾ ਜਿਹੜਾ ਉਹ ਹੁਣ ਦਿਨੋਂ ਦਿਨ ਬਦਲਦਾ ਜਾਂਦਾ ਕਿਉਂ ਕੀ ਹੋ ਗਿਆ ਹੋ ਕੀ ਗਿਆ ਮੈਨੂੰ ਐਂ ਲੱਗਦਾ ਸਾਰਾ ਦਿਨ ਕੁੜੀ ਦੇ ਕੰਨ 'ਚ ਘੁਸਰ ਘੁਸਰ ਕਰਦਾ ਉਹ ਜੋਤੀ ਦੇ ਕੁੜੀ ਦੇ ਨੌਂ ਕਿਤੇ ਜ਼ਮੀਨ ਨਾ ਕਰਾ ਦੇ ਮੈਂ ਤਾਂ ਜਿੱਦਾਂ ਦਾ ਤੇਰਾ ਬਾਪ ਮੁੱਕ ਗਿਆ ਤੀ ਇਹ ਮੈਨੂੰ ਲੱਗੇ ਦੋਏ ਜਾਣੇ ਸੀ ਆਪਾਂ ਪਿਓਤੀ ਮੇਰੀ ਜਾਨ ਤਾਂ ਉਦੋਂ ਦੀ ਫਸੀ ਪਈ ਐ ਉਹ ਆਪਾਂ ਕੀ ਕਰਾਉਣਾ ਬੀਬੀ ਜ਼ਮੀਨ ਤੋਂ ਬਥੇਰੀ ਜਾਉਂ ਹੀ ਉੱਥੇ ਟਰਾਲੀਆਂ ਮੰਗਦੇ ਫਿਰੀ ਜਾਂਦੇ ਆ ਕਦੇ ਕਦੇ ਹਲ ਮੰਗ ਰਿਆ ਵਾਧੂ ਆਪਣੇ ਕੋਲ ਤਾਂ ਪਤਾ ਨਹੀਂ ਉਹ ਕਿੱਦੇ ਅਕਲ ਆਊਗੀ ਮਰ ਜਾਣਿਆ ਤੂੰ ਪੜੋ ਚੇਪੜ ਕੇ ਉਹਦੇ ਜਿਹੜੇ ਹੈਗੇ ਨੇ 2-4 ਕਿੱਲੇ ਆਪਦੇ ਨਾਮ ਕਰਾ ਲੈ ਸਾਰੀ ਜ਼ਮੀਨ ਬੈਂਕ ਦੇ ਨਾਮ ਕਰਾ ਲੈ ਇੰਨੀ ਜ਼ਮੀਨ ਆ
पहली बथेरी आ गई तीन किलो का एडा वड्डा टाका उत्थे गेड़ा भी नहीं दिता जाता उत्तों की किनू समझावां मैं ये बवड़ा रोडा लग गया मैनू वह मैनू छड़ के तुर गया हस गई मैं प्यौती दे बचा दस की करूँगी मैं बे मैं तो तेनों ऐ कहनी हाँ तेरे ताई के लवे लाने लग जा कर माड़ा मोटा वो गोडे गिटे घुट दिया कर दवाई दवू टाइम ना दे दिया कर नाले हूँ वह मैनू तो बदलता जाता है दोबारे फिर लगता है बदलता गया बीबी वह हूँ तेरे पैगी दिमाग च गल पेगी देख पहले वो दाड़ी काली होंगी सी हूँ चिट्टी होगी बदल गया हो वो मैं मर जा बे मैं तो की कहनी हाँ आप किधर तुरै फिर उजड़िया खड़ा झट दिता बे मैं तो तेन ऐ कहनी हाँ भी वह बदलता जाता कि कुड़ी के नौ जमीन ना करा दी नहीं बदलता गया मैं कही तो जाना दाड़ी बदल गई बे ज्यों ज्यों दाड़ी चिट्टी हो जाती दूना दिमागदार सियाना हो जाता है मरी जाऊगे पति बीबी का दिमाग हिल गया इन्हें मर जाने ने मैं उतू खा ली लाद हो कहते जज की होगा तो की करा है मची जाऊगी पी तक मंडी देना से पागी हुई टिकी जाते ताया हो क्या मेरा सला चिकरों झिंक च मड़ गया है हाँ डरता है मैं तो छट गया थी मैं तो वह लाना हूं सराहना अच्छा ला लत्तां कुटा तेरी मैं की गल हो अच बालिया ने लत्तां कुटियां तो मेरे तू मेरी बीबी कहनी वह लत्तां कुटिया कर दी ताई दियाँ हाँ वो जमीन दू तेन अच्छा हाँ होर की कुछ कहनी होंगी तेरी बीबी तू खड़ जा इन्ना को धक्का करी जाना है जमीन दे दे हाँ जमीन कह की ले दे मैं जिनी हैगी तेरे को आ छड़ चंगा दसण जो गल छड़ दे कुछ तू मैनू खून खड़ाएगा लत्तां दा बस कर बस कर बाबा पागी दे नाल जाना सी उत्थे मंडी ते बीबी ने सिर भी नहीं दते मैनू दते नहीं होए हाँ अच्छा जी ला ये किड्डी की गल है ला फड़ और नली सानू पूंजी जाना ला फड़ चक 100 रुपया होर की कहनी होंदी तेरी बीबी है बीबी उसका कहीं कहीं तेरा ताया बदल गया लत्तां तां छड़ दे हुण हाँ हाँ होर की कहनी होंदी वाह कुत्ता वो कहती तेरा ताया हरामी वाला हाय देख लहू खड़ाएगा सारा हाँ वो कहती तेरा ताया हरामी वाला भी भी जमीन लेनी है उतों आपने भी उदे तू लत्तां घुटिया कर तेरी दवाई मुक गई तेरी दवाई दवा के लिया तेन ऐ भी कहनी होंगी है दवाई दवा के लिए आप टेंपू से चलेंगे तो ना उले पागी की गाय लेके आवेंगे ना तेन दवाई दवा लियावे अच्छा चलेगा तू ना होर भी कहती हो कुछ है ना होर तो अं कहती होंगी बस भी जमीन लेनी आप अच्छा भी हाँ भी सारी लेनी है हाँ भी ज्योति तो तू चुगलियां कर दे हूं वह अच्छा हाँ भी मैं सुन लिया है हाँ ठीक है हाँ तो तू जमीन दे मैं यार हूँ हूँ ही बसीत कराइए हूँ ही मैं तो दे कि मैं मर्जी दे गल कचहरी चाल चलिए मेरा साला सिदरा साले जमीन भालदे ने उही मिल जांदियां हुंदियां ने जमीन बेली मेरे मुंडे नूं कुट के मौजा नाल पै गया तां के चादर किधरों आ गई है 12 थाली हां तू मैनूं रसा ओ जवाक दे अगे मारे फिर उहने की बिगाड़ा दी तैनूं शर्म नहीं आई हैगी तैनूं शर्म नहीं आउंदी जवाक दे विच दी उन तों कहां नहीं आ सिधरे तों ना मैं की कहा तों सिधरा के करा का टकरा मेरे नाल ना मैं की कहा उहनूं दस जमीना हैं जमीना देवां तैनूं करा के मैं मसीत चली है लै दस
असी ने तेरी जमीन की करनी है, किन्ना नीवे उतर के गल करदा। सख्या सख्या भेज दिया नू ताए दे गोडे घुट फेर जमीन दे, सारा कुछ दस गया मैनू। ना जो इन रोटियां फटाफट जाता है वह तो तेन चंगा लगता है, हूं तू तेन बुरा लगता है। जो उन्हें तेन जमीन कहता फिर कहते कराती, तू गड्डी करा के कचहरिया च भाग्या, कुटों ने रह गया समा। सानू तेरी जमीन की कोई लोड़ नहीं। करावा तेरे नाम है। मैनू तो लोड़ नहीं तेरी जमीन। होर किनू लोड़ा? ना मैं हाथ बन दिया। की हो गया चाची, क्यों लड़ी जाने हो? इनू समझावो तेरे बाप नू चौरे नू। ए की समझावे, तू आपदे पुत नू समझा। ए तो जवाका जी फर्क पाऊगा, मैं तो आपदे जवाका नू वध पाली है। पालिया कौन नू पालदी है, जमीना दी भुखा ने। जमीन हद हो रही तेरे वाली। चाची चाची तुसी लै लियो जमीन, पर बापू नाल ना लड़ो। पुत मैं की करनी है जमीन? पुत तू कहाड़े कड्डियां ने मैनू आई जनानी दे। असी ने जमीन पुत की करनी है? मैं तो धीआ ना बदा पुतों के बराबर मैं तेन रख दूंगा। ये चौरे के खाने जवान चलती है। जमीन क्यों दे जागते बैठे जमीन दे दी इन्हों। पहला मैं जमीन दे भी दिता, जे आ हालत करे हूं जमीन नहीं दिता। मैं तो तेरी जमीन की भोरा लोड़ नहीं। पहला मैं ऐसी मैं चल दो किले दे दूंगा। मैं की करनी है? तू तो मेरे जवाक को कुटने लगा, जमीन मैं तो पिछड़ा देना, कुट के मार देगा तू मेरे जवाक को। कुट खाना ही है, चार पावा कुट खाना ही है। सेना कर दे फिर उनू हद से दे आ। ऐ जमीन मिल गया जिवें तू भालदी है। हैं पहला मैं आया थी मैं पांच चो तीन किले कुड़ी का नाम लबा, कुड़ी आँदी जाती रह जू, मैं दो दे दूँ इन्हों। सानू तो लोड़ नहीं तेरी जमीन की, आपकी सामभ के रखा। हाँ फिर उन्होंने कुछ कह सकया तोड़ दे तू जवाक न। मैनू की पता तेन की कहना की कहना, कुछ सिखा सिखाया आता आके कह दिया है। बापू तुसी ना बहस करिया करो, अपनी सेहत दा भी ध्यान रखिया करो। मैं कड़ा पुत चौ नू लड़दा, ये तो बहुत गुंडी जनानियां नाले, मैनू तो ऐ शक है मेरा भाई भी इसे ने मरवाया। तू इहदे बच के रहा कर पुत माड़ा जा। कोई ना बापू, पर मैं सोच रही थी लाडी तो मेरा भरा है, आपां नाम तो जमीन करा सकते हैं। वो तो भाई सिधर है पुत, उदो ऐ नहीं पता की करवा दे। हाँ वो मगर लग के पता नहीं की कर दे, कड़ा अकला कोई। कोई ना बापू, तुसी इन्नी चिंता ना करया करो, अपना ख्याल रखिया करो। जा रोटी लिया के दे पुत, मैं तो भुखा तड़के लियानी हाँ, मैं तुसी आराम करो। आटा लाई जाए ना। चाची गुस्सा ना करो, बापू जी का सुभा ही एदा दा हो गया। तेरे बापू ने मेरे कसर नहीं छी, बहुत कुछ कहे मैं मरे हो जा। चाची शुरू तो मैनू तुसी ही पाल लिया, मैं तो अपनी मां की शक्ल तक नहीं देखी सी, मेरे लिए तो तुसी ही मेरी माँ हो ना। नहीं मैनू तेरी लोड़ नहीं, गांह जा डंडी लगा, तेरे बापू को जा, तेनू सिखिया सिखाया हूँ मेरे को दोबारे भेज दो। नहीं चाची यह जी कोई गल नहीं हैगी, चाची मैं बापू नू समझाया सी भी लाडी तो मेरा भरा है, असी जमीन देवांगे। तुर जा मैं कुछ नहीं सुनना सोडा, बहुत बारी सुन लिया, चल निकल चू। नहीं चाची मखा निकल जा, मैनू लोड़ नहीं, मैं कुछ नहीं सुनना, चल 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 मैनू अपना काम कर दे। चाची मेरी गल तो सुन लो चाची। सुनया हुआ कहाँ जा, चल डंडी लगा। चाह बना दे, की गल होगी? कुछ भी नहीं बापू। नहीं गल तो कोई हुई, उधर गई थी तू? हां बापू। मन जा भरी बैठी है, मेनू पता लग गया, क्यों गई थी तू उधर डैन को? तेन पता नहीं उदा? बापू तो मेरी मावा वर्गी है ना, फिर भी अपने ने ओ। अपने पुत ओ कदों मनदे ने, मैनू तो 20 साल हो गए देखदे नू, आपदे भी पता मैनू कहे जे हुंदे ने। ओ नहीं पुत अपने बनदे, नाले बगानियां भी कदे मावा बनियां ने। होर की कुछ कहंदी थी पुत? कुछ नहीं बापू, बहुत रुखा बोली सी। अच्छा कहंदी साडे घर ना वड़िओ मुड़ के कदी। ले तैनू की लोड़ा पुत हुण जाण दी फिर उहनां दे? हैं है देख बौली हुई मन भरी बैठी है, चल मैं तेन तेरे नानकी छड़ के आना, तेरे मामी दी कुड़ियां ना तेरा मन होर हो जूगा। होर
जमीना दे चक्कर च रिश्ते ना गवा दिए पुत हुण जिउंदे जी तां मेरा मारनियां पैंदियां ने हुण आई उहनां नूं जमीन मैं किवें छड्डदा भला हैं ਉਹਦਾ ਕੰਮ ਲਈਆਂ ਗੱਲਾਂ ਕਰਦੀ ਹੈ ਤੂੰ ਇਹਨਾਂ ਸੁਣਿਆ ਕਰ ਉਹਨਾਂ ਦੀਆਂ ਗੱਲਾਂ ਚ ਭੱਜ ਚਾਹ ਪਿਆ ਚਾਹ ਬਣਾ ਕੇ ਤੂੰ ਨਾ ਇਹ ਜ਼ਮੀਨਾਂ ਜ਼ਮੂਨਾਂ ਦੀਆਂ ਗੱਲਾਂ ਚ ਆਇਆ ਕਰ ਸੁਣਿਆ ਕਰ ਉਹਦੀਆਂ ਹੋਰ ਹੁਣ ਉਹੀ ਕਾਮਲੀ ਮਨ ਭਰੀ ਫਿਰਦੀ ਦੇਖ ਲਾ ਉਹ ਮਨਾ ਕਿੱਡੀ ਡੈਣ ਜਨਾਨੀ ਹੈ ਚੱਲ ਮੰਨ ਲਿਆ ਮੇਰੇ ਨਾਲ ਤਾਂ ਜਿਹੜੀਆਂ ਜਦਈਆਂ ਕਰ ਦਿੱਤੀ ਆਹ ਜਵਾਖੜੀ ਨਾਲ ਕਿਉਂ ਜਿੱਦਦੀ ਹੈ ਭਲਾ ਇਹਦਾ ਮਨ ਦੁਖੀ ਕਰਦੀ ਹੈ ਇਹਨਾਂ ਦੇ ਜਵਾਕਾਂ ਦੇ ਮਨਾਂ 'ਚ ਵਿਉਹ ਭਰੂਗੀ ਚੱਲ ਇਹਦੇ ਮਾਮੇ ਨਾਲ ਕਰਦਾ ਗੱਲ ਕੁੜੀ ਦਾ ਤਾਂ ਚੱਲ ਮੈਨੂੰ ਖੱਬਾ ਸੱਜਾ ਹੁਣ ਕਰਨਾ ਪਊਗਾ ਨਾਲੇ ਇਹਨੂੰ ਛੱਡਿਆ ਨਾਲੇ ਇਹਦੇ ਮਾਮੇ ਨਾਲ ਗੱਲ ਕਰਨ ਦੇਖ ਕੇ ਵਧੀਆ ਜਿਹਾ ਘਰ ਇਹਦਾ ਰਿਸ਼ਤਾ ਕਰ ਦਿੰਦੇ ਹਾਂ ਤਾਂ ਕਿਹਾ ਹੋਇਆ ਸੀ ਵਿਚੋਲੇ ਜੀ ਨੂੰ ਵੀ ਨਹੀਂ ਆਇਆ ਉਹਨੇ ਵੀ ਨਹੀਂ ਗੇੜਾ ਮਾਰਿਆ ਇੱਥੇ ਕਿਹੜਾ ਕਲੇਸ਼ 'ਚ ਦੁਬਾਰੇ ਗੱਲ ਹੋਈ ਆ ਮੈਥੋਂ ਦਿਨ ਰਾਤ ਉਹਦੇ ਕਲੇਸ਼ ਹੈ ਉਸ ਦਾ ਹਾਂ ਆਰਾਮ ਆਇਆ ਨੀ ਭਾਈ ਤੂੰ ਦੁਬਾਰੇ ਕਿਹਾ ਦੀ ਤੈਨੂੰ ਹੁਣ ਕਿੱਥੇ ਆ ਤੂੰ ਅੱਛਾ ਆ ਨਹੀਂ ਸਕਦਾ ਅੱਜ ਹਾਂ ਆਈ ਫਿਰ ਲਾਜ਼ਮੀ ਕੱਲ ਨੂੰ ਚੰਗਾ ਠੀਕ ਆ ਠੀਕ ਆ ਮੇਰਾ ਮਾਲਕਾ ਆ ਕੁੜੀ ਨੂੰ ਗਾਹਾਂ ਦੇ ਚੰਗੇ ਟੱਕਰ ਜਾਣ ਵਿਚਾਰੀ ਨੂੰ ਚੱਲ ਮੈਂ ਤਾਂ ਅਜਿਹੀ ਜਿਹੀ ਬਿਪਤਾ 'ਚ ਲੰਘੀ ਮੇਰੀ ਤਾਂ ਦੇਖ ਲੈ ਰਾਮ ਸਿਆ ਬਣ ਗਿਆ ਤੀ ਕੰਮ ਤਾਂ ਅੱਜ ਹੈ ਗੁੜ ਦੇ ਵਿੰਗਣ ਬਣ ਜਾਂਦੇ ਪੱਟੀ ਮੋੜੀ ਵਾਲੇ ਨੇ ਭਾਨੀ ਮਾਰਤੀ ਬਹਿ ਜੇ ਵੇੜੇ ਕਿਸੇ ਦੀ ਆਖੇ ਜੀ ਕੁੜੀ ਤਾਂ ਨਿੱਟ ਤੇਰੀ ਨਾ ਭਰਦੀ ਆ ਲੈ ਦੱਸ ਵੀ ਭਰ ਲੈਣ ਦੋ ਚਾਰ ਰੁਪਈਏ ਕਮਾਉਂਦੀ ਹੋ ਇੰਨੇ ਨਾਲ ਦਾਣਾ ਫਾਕਾ ਚੱਲੀ ਜਾਓ ਕਿਸੇ ਜਵਾਕ ਦਾ ਨਾ ਮੈਂ ਕਿਹਾ ਮੇਰੀ ਭਰਾ ਦਿਓ ਮੇਰੇ ਸਾਲੇ ਕੁੱਟਣੀ ਮੰਡ ਗਈ ਹਜੇ ਸ਼ੇਰੇ ਦਾ ਮੂੰਹ ਮੱਥਾ ਝੁਲਸਣਾ ਪਊ ਕੀ ਦੇਖ ਰਿਹਾ ਕਹਿੰਦਾ ਭਲਾ ਘਰੇ ਹੋਵੇ ਤਾਂ ਚੰਗਾ ਹੋਰ ਫਿਰ ਸਰਦਾਰ ਜਾ ਤਾਂ ਮੈਂ ਪਹਿਲਾਂ ਵੀ ਛੇੜੀ ਤੀ ਗੱਲ ਜੀ ਤੇਰੇ ਕੋਲ ਅੱਧੀ ਚੱਦੀ ਹੋਈ ਆ ਗੱਲ ਤੈਨੂੰ ਦੁਬਾਰੇ ਬੁਲਾਇਆ ਠੀਕ ਆ ਠੀਕ ਆ ਹਾਂ ਕੁੜੀ ਨੂੰ ਯਾਰ ਆਪਣੀ ਨੂੰ ਕਰਾ ਕੋਈ ਵਧੀਆ ਰਿਸ਼ਤਾ ਅੱਛਾ ਅੱਛਾ ਜ਼ਮੀਨ ਜਮੂਨ ਕਿੰਨੀ ਕੁ ਭਾਲਦੇ ਹੋ ਭਲਾ ਜ਼ਮੀਨ ਤਾਂ ਅਜੇ 2-4 ਕਿੱਲੀ ਹੋਣ ਯਾਰ ਅੱਛਾ ਅੱਛਾ ਆਪਣੇ ਕੋਲ 5 ਕਿੱਲੇ ਹੈਗੇ ਨੇ ਉਹ ਕੁੜੀ ਦੀ ਨੇ ਉਸੇ ਦਿਨ ਉਹ ਕਰਾਉਣੀ ਆ ਮੈਂ ਤਾਂ ਅੱਛਾ ਇਕੱਲੇ ਕੁੜੀ ਦੀ ਹੈ ਆਪਣੀ ਹਾਂ ਮੁੰਡਾ ਕੁਛ ਖਾਂਦਾ ਪੀਂਦਾ ਨਾ ਹੋਵੇ ਠੀਕ ਆ ਠੀਕ ਆ ਉਹ ਤਾਂ ਠੀਕ ਆ ਨਾ ਫਿਰ ਆਪਣਾ ਇੱਧਰ ਨਹੀਂ ਜ਼ਮੀਨ ਦੇਣੀ ਇਹਨਾਂ ਨੂੰ ਨਹੀਂ ਇਹਨਾਂ ਨਾਲ ਤਾਂ ਨਿਬੜੋਤਾ ਹੋ ਗਿਆ ਸੀ ਆਪਣਾ ਅੱਛਾ ਹਾਂ ਦਾ ਫਰਕ ਜਿਹਾ ਪੈ ਗਿਆ ਸੀ ਖਾਸਾ ਹੁਣ ਤਾਂ ਆਹ ਕੋਠੀ ਆ ਆਪਣੀ ਜ਼ਮੀਨ ਹੈ ਇਹ ਸਾਰਾ ਕੁਛ ਕੁੜੀ ਦੇ ਹੀ ਹੈ ਤੂੰ ਐਂ ਸਮਝ ਆਹੋ ਮੈਂ ਕਿਹੜਾ ਹੁਣ ਅੱਜ ਦਾ ਆਉਣਾ ਭਲਾ ਕਿੱਲੇ ਦਾ ਚਾਹੇ ਮੁੰਡੇ ਨੂੰ 2 ਹੋਣ ਅੱਛਾ ਠੀਕ ਹੈ ਮੁੰਡਾ ਖਾਂਦਾ ਪੀਂਦਾ ਨਾ ਹੋਵੇ ਕੁਛ ਠੀਕ ਹੈ ਚੰਗਾ ਪਰਿਵਾਰ ਹੋਵੇ ਜਿਹੜੀਆਂ ਗੱਲਾਂ ਕਹੀਆਂ ਨੇ ਗੱਲਾਂ ਸਾਰੀ ਨੇ ਮੁੰਡਾ ਮੇਰੀ ਨਿਗਾਹ 'ਚ ਅੱਛਾ 2 ਭਾਈ ਨੇ 5 ਕਿੱਲੇ ਜ਼ਮੀਨ ਦੇ ਨੇ ਅੱਛਾ ਪਰ ਉਹਨਾਂ ਦੀ ਇੱਕ ਮੰਗ ਹੈ ਦੱਸ ਭਾਈ ਪੂਰੀ ਕਰੂੰਗਾ ਮੈਂ ਉਹ ਐਂ ਪੂਰੀ ਕਰਨ ਵਾਲੀ ਨਹੀਂ ਹੈਗੀ ਉਹ ਹਾਂ ਵੀ ਐਂ ਕਹਿੰਦੇ ਨੇ ਵੀ ਇੱਕ ਤਾਂ ਭਾਈ ਰਹੂਗਾ ਸਾਡੇ ਆਪਦੇ ਪਿੰਡ ਹਾਂ ਇੱਕ ਰਹੂ ਘਰ ਜਮਾਈ ਬੋਲ ਰੱਖ ਸਕਦਾ ਫੇਰ ਮੈਨੂੰ ਹੋਰ ਕੀ ਚਾਹੀਦਾ ਮੈਂ ਤਾਂ ਚਾਹੁੰਦਾ ਹੀ ਆਇਆ ਮਨਜ਼ੂਰ ਹੈ ਤੂੰ ਨਾਲੇ ਮੇਰੀ ਧੀ ਮੇਰੇ ਘਰੇ ਰਹੂਗੀ ਮਨਜ਼ੂਰ ਕਿਉਂ ਨਹੀਂ ਲੈ ਫੇਰ ਇਹ ਤਾਂ ਜ਼ਮੀਨ ਬਾਬੇ ਨੇ ਕਿਰਪਾ ਕਰਤੀ ਹੈ ਜ਼ਮੀਨ ਲੋਟ ਹੋ ਗਿਆ ਕੰਮ ਪਰ ਮੈਂ ਤੈਨੂੰ ਐਂ ਕਹਿਣਾ ਹਾਂ ਤੇਰੇ ਪਹਿਲਾਂ ਕਿਰਾਏ ਹੋਏ ਕਈ ਕੱਚੀਆਂ ਪੱਕੀਆਂ ਜਿਹਾ ਨਿਕਲ ਗਈਆਂ 5-4 ਤੂੰ ਮੇਰੇ ਨਾਲ ਵਿਚੋਲੇ ਵਾਲੀ ਨਾ ਕਰੀ ਨਾ ਵਾਰੀ ਆ ਵਿਚਾਰੀ ਤੂੰ ਆਪਦੀ ਧੀ ਸਮਝ ਕੇ ਕਰਾਈ ਉਹਦਾ ਮੈਂ ਕਹਿੰਦਾ ਜਮੀਨ ਇਹ ਤਾਂ ਗੱਲ ਤਾਂ ਕਹਿਣੀ ਨਹੀਂ ਦਿੰਦਾ ਯਾਰ ਵਾ ਕਮਾਲ ਦੀ ਗੱਲ ਕਰਦਾ ਤੂੰ ਦੇਖ ਤੈਨੂੰ ਮੇਰਾ ਵੀ ਪਤਾ ਹੈ ਮੈਨੂੰ ਤੇਰਾ ਵੀ ਪਤਾ ਹੈ ਠੀਕ ਹੈ ਮੈਂ ਕਿਹੜਾ ਤੇਰੇ ਨਾਲ ਅੱਜ ਦਾ ਵਰਤਦਾ ਆਪਣਾ ਤਾਂ ਘਰ ਵਾਲਾ ਕੰਮ ਬਣਿਆ ਹੋਇਆ ਸੀ ਉਹੀ ਗੱਲ ਕਹਿਣਾ ਆਪਦੀ ਧੀ ਬਣਾ ਕੇ ਬਹਿਹੀ ਮੈਂ ਕਹਿੰਦਾ ਜਮਾਂ ਨਾ ਚੱਕਰ ਮੰਨਾ ਹੁਣ ਤੂੰ ਕਿਹੜਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਨਹੀਂ ਭਲਾ ਦੱਸ ਚਾਹ ਚੱਕਰਾਂ ਚਾਹ ਚੱਕ ਕੱਚੀ ਬਿੱਲੀ ਨਾਲ ਕੋਈ ਗੱਲ ਨਿਕਲ ਜੇ ਮੇਰਾ ਵੀਰ ਚੰਗਾ ਕੱਚੀਆਂ ਬਿੱਲੀਆਂ ਜਿਹੜੀਆਂ ਪਹਿਲਾਂ ਨਿਕਲ ਗਈਆਂ ਉਹਦਾ ਕਾਰਨ ਤੈਨੂੰ ਮੈਂ ਦੱਸਦਾ ਮੇਰਾ ਪਿਓ ਮੇਰੇ ਉਤੋਂ ਦੀ ਹੋ ਕੇ ਕਰਾ ਦਿੰਦਾ ਸੀ ਰਿਸ਼ਤੇ ਅੱਛਾ ਬਿਰਬਾ ਤਾਂ ਮੇਰਾ ਪੈਂਤੀ ਆ ਕਿ ਰਾਮ ਸਿੰਘ ਵਿਚੋਲਾ ਕਰਾ ਆਪ ਦਿੰਦਾ ਸੀ ਇੱਕ ਦੋ ਵਾਰੀ ਸਮਾਨ ਚੱਕਿਆ ਗਿਆ ਮੈਂ ਮੰਨਦਾ ਸ਼ੇਰ ਸਿੰਘ ਜੀ
नहीं है ये कमाल तो मैं तो डर लगता है मैं कहना जमाना चक्कर मनो ओ मर गया मेरी तो हुण माड़ी मोटी इज्जत बनी है उन्हें तो जमी थू थू कराती थी मेरी बचोला च फट्टी बोझ दी थी मेरी तो जमी नहीं आए तो बंदा ठीक थी मेरे नाल तो सहचार वधिया थी आए तो बंदा नरम भी बसा थी उसे करके वरतन लगया मैं थोड़े नाल मैनू हुण भला की जान दे थी तुसी या मैं थोनू की जानदा थी हां आही कहना थी मैं कच्ची जां पिल्ली ना ना कोई नहीं एक दो बारी सामान चक्या भी जरूर गया एवी कहना झूठ तो नहीं मारी दी गल है चल कोई गल नहीं हां आए तो खर्च की नाल बस जेडी अपनी गल है मैं थोड़े नाल बचोले ली करा ते ना मैनू आदत है ठीक है हां आपदी धी बनाई उनू आपदी आपदी धी बनाई है तू भी आपदी है हां हां बस बढ़िया ना गल हां एक दो दिन तक कर दे पड़ताल हां चाह पी हुन तू दिखा दी फिर अपना प्रोग्राम चंगा शो करा वो अद्धा बोझ लेगा मेरे ता सिर तो कोई चंगा मिल जाए हुन बर्तन वाला ओदी ज्योति नु भी बुलाई लेना हुन ते मामे नु करदा फोन भी छड्ड जा हेलो हाँ जैलू की हाल ने ठीक ठाक और परिवार ठीक है चलो चलो ठीक ही चाहिए भाई ठीक ही चाहिए अच्छा मैं कहना दी हाँ ज्योति नू छड्ड जांदे नहीं नहीं बस ना चढ़ाओ भाई मैं तो कल्ली चढ़ने नहीं दिती कदे बस बुस दे ता ही हाँ आ भाई तू चंगा नाल छड्डने नू हाँ नाले आपां मड़ी जी गल करनी आ भाज तू टाइम कढ़ के हाँ 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 ठीक है चंगा ऐं तां नमेड़ दी कम धंधे कोई गल नहीं ठीक है ठीक है बन क्या कम ना ओ तकड़ियां नसीब करा हां मैं तो तकड़ियां हां बे तू आ झोला चक्की किथे फिरदे ओ मैं तो अपने नाले इन्ना दे आई थी सेरे के क्यों कोई कम दी देनु दहो रोना पता नहीं तेनु मैं की कम करदा भला ई तां कुड़ी दा रिश्ता करांदा है अच्छा और बे अपने मुंडे दा भी करा दे ना क्यों की गल ऊई कुड़ी डबोदू अगला थोड़े मुंडे नु रिश्ता करावण नु ਉਹਨੂੰ ਲਾ ਕੇ ਦੋ ਫੁਲਕੇ ਖਵਾ ਦਿਆ ਕਰ ਕਾਹਨੂੰ ਕਿਸੇ ਧੀ ਧਿਆਣੀ ਦਾ ਬੇੜਾ ਬਿਠਾਉਣਾ ਥੋੜਾ ਤਾਂ ਪਤਾ ਹੀ ਆ ਬੈਠੂ ਆ ਚੱਲ ਚੰਗਾ ਛੱਡ ਮੈਨੂੰ ਐਂ ਦੱਸ ਹਾਂ ਵੀ ਕਿੱਥੇ ਕਰਾਉਣੇ ਤੈਂ ਕੀ ਲੈਣਾ ਮੈਨੂੰ ਪਤਾ ਤੂੰ ਕਿੱਥੇ ਬੋਲਦੀ ਤਾਂ ਘਰ ਜਮਾਈ ਰੱਖਣਗੇ ਸੀਬੋ ਤੂੰ ਛੱਡ ਦੇਊ ਗੱਲਾਂ ਨੂੰ ਮੈਨੂੰ ਪਤਾ ਤੇਰੇ ਦਿਲ 'ਚ ਕੀ ਚੱਲਦਾ ਆਹੋ ਇਹਦਾ ਘਰ ਜਮਾਈ ਭਾਲਦਾ ਸੇਰਾ ਤਾਂ ਵੀ ਇੱਥੇ ਦੇ ਇੱਥੇ ਹੀ ਰਹਿ ਜਾਣ ਪੰਜੇ ਦੇ ਪੰਜੇ ਕੀਲੇ ਵੀ ਉਹ ਮੁੰਡੇ ਦਾ ਪਿਓ ਮੰਨ ਗਿਆ ਇੱਥੇ ਛੱਡਣ ਵਾਸਤੇ ਮੁੰਡੇ ਦਾ ਪਿਓ ਤਾਂ ਮੰਨਿਆ ਪਿਆ ਮੈਂ ਤਾਂ ਆਪ ਕਸੂਤਾ ਪੰਗਾ ਲੈ ਲਿਆ ਕੀ ਕਹਿੰਦਾ ਮੈਨੂੰ ਤਾਂ ਐਂ ਤੀ ਵੀ ਤੋਲਾ ਡੇਢ ਤੋਲਾ ਸਾਂਪ ਦਾ ਬਣੂਗਾ ਮੈਨੂੰ ਤਾਂ ਜਵਾਨੀ ਭਰ ਤੋਂ ਵੀ ਗਿਆ ਚੱਲ ਇੱਕ ਸਿੱਬੂ ਐਂ ਵੀ ਕਰਦਾ ਵਿਚਾਰਾ ਵਿਚਾਰੀ ਮਾਂ ਵਾਰੀ ਹੈ ਹਨਾ ਜਵਾਕ ਕਿਸੇ ਦਾ ਸੁਖੀ ਵਸੂਗਾ ਕੋਈ ਸੀਸਾਂ ਦੇਊਗਾ ਆਪਾਂ ਨੂੰ ਹਾਂ ਚੱਲ ਚੰਗਾ ਫਿਰ ਮੈਂ ਤਾਂ ਹੈ ਜਾਣਾ ਹਾਂ ਸੜਦੇ ਆਤਾਂ ਤੂੰ ਵਧੀਆ ਰਹੇਗੀ ਲੈ ਸਿੱਬੋ ਹੁਣ ਤਾਂ ਪਾਣੀ ਸਿਰ ਉੱਤੋਂ ਨਹੀਂ ਲੰਘਿਆ ਹੁਣ ਤਾਂ ਕੁਛ ਤੈਨੂੰ ਹੀ ਕਰਨਾ ਪਊ ਤੈਨੂੰ ਹੀ ਲਾਉਣੀ ਪਊ ਕੋਈ ਸਕੀਮ ਕੀ ਕਰਾਂ ਇਹਨਾਂ ਨੂੰ ਤਾਂ ਸੋਚ ਨਹੀਂ ਫਿਕਰ ਨਹੀਂ ਮੌਜਾਂ ਨਾਲ ਪਏ ਰਹਿੰਦੇ ਨੇ ਖੜਾ ਹੋਵੇ ਮੇਰੀ ਗੱਲ ਸੁਣ ਮੌਜਾਂ ਨਾਲ ਪਿਆ ਲੱਤਾਂ ਨਸਾਲੀ ਕਿਆ ਬੇਬੇ ਖੜਾ ਹੋ ਸੁਣ ਮੇਰੀ ਗੱਲ ਮੇਰੀ ਗੱਲ ਸੁਣ ਬਾਹਰ ਅੰਦਰ ਵੀ ਦੇਖ ਲਿਆ ਕਰ ਵੀ ਕੀ ਕੁਛ ਬਣਦਾ ਹੈ ਕਿ ਅੰਦਰ ਵੜਕੀ ਪਿਆ ਰਹਿ ਨਾ ਸਾਰਾ ਦਿਨ ਤੂੰ ਕੀ ਹੋ ਗਿਆ ਹੋਣਾ ਕੀਤੀ ਇਹਨਾਂ ਦੇ ਘਰੇ ਰਾਮ ਆਇਆ ਸੀ ਤੇਰੇ ਤਾਈ ਦੇ ਕੁੜੀ ਦਾ ਰਿਸ਼ਤਾ ਕਰਾਉਂਦਾ ਹੈ ਜੋਤੀ ਭੈਣ ਦਾ ਵਿਆਹ ਹੋਰ ਨਵੇਂ ਕੱਪੜੇ ਪਾਵਾਂਗੇ ਹਾਂ ਤੈਨੂੰ ਨਵੇਂ ਕੱਪੜਿਆਂ ਦੀ ਲੱਗੀ ਪਈ ਆ ਮੇਰੀ ਜਾਨ ਤੇ ਬੜੀ ਪਈ ਆ ਮਰ ਜਾਣੇ ਆ ਕਿਉਂ ਉਹ ਜਿਹੜੇ 3 ਕਿੱਲੇ ਨੇ ਉਹ ਤਾਂ ਹੁਣ ਬਗਾਨਾ ਪੁੱਤ ਲੈ ਜੂਗਾ ਉਹ ਤਾਂ ਘਰੇ ਜਮਾਈ ਰੱਖੂਗਾ ਆਪਦੇ ਹੁਣ ਜੋਤੀ ਨੂੰ ਵਿਆਹ ਕੇ ਤੇਰੇ ਚੁੱਲ੍ਹੇ ਤੇ ਸਰੀਕ ਬਣ ਕੇ ਰਹੂਗਾ ਜੋਤੀ ਆਪਣੇ ਨੂੰ ਰਿਹਾ ਕਰੂ ਓਏ ਚੀਜੀ ਹੋਇਆ ਕਰਾਂਗੇ ਤੂੰ ਮੈਂ ਮਰ ਜਾਵਾਂ ਲੱਡੂ ਖਾਵਾਂਗੇ ਨਹੀਂ ਮਰ ਜਾਣਿਆ ਮੇਰੀ ਗੱਲ ਸੁਣ ਲੈ ਬੌਲਿਆ ਕਿਸੇ ਵੇਲੇ ਚੱਜ ਦੀ ਗੱਲ ਕਰ ਲਿਆ ਕਰ ਤੂੰ ਮੈਂ ਤੈਨੂੰ 100 ਰੁਪਇਆ ਦੇ ਦੂੰਗੀ ਤੇਰੇ ਤਾਏ ਤੋਂ ਗੂਠਾ ਲਵਾ ਲਿਆ ਬਕਾਇਆ ਹੋਇਆ ਹੁਣ ਤੇਰੇ ਹੱਥ ਲੰਬਾ ਜੋਤੀ ਭੈਣ ਦਾ ਵਿਆਹ ताया, ओ ताया,
ਲੱਗਦਾ ਪੂਰਾ ਹੋ ਗਿਆ ਸੀ। दो तीन दिन लबाला ना बीबी ने कहा एक का 100 रुपया तीन 400 पट्टा बेड़ी बैठी आया हाथ का गूठा होंगे मेरी अखा तो दूर हो जाए मैं उन्हें दिखाई मुड़के किथे लहू पीता गंदी ला देनी लैन उन्हें दे कुछ लै सिबो इन्हें तो नहीं कोई स्कीम रड़ी यह तो हूँ तेनों कुछ करना पेगा नाले जे केरा मौका हाथ चो निकल गया मुड़ के हाथ च नहीं आता एक बार जो खुंझ जे बेला यह सीधी उंगली ना क्यों नहीं निकलिया यह तो हूँ टेडी करनी पू तू ही स्कीम ला लै मेरे भाई फोन करके देख हूने लाइनी मेरा भी जी लग्या तेरे बिना ता तेरा प्यो नहीं आया फिर कम तेन पता ग्राही रही पैन आली अच्छा 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 कट्ठी करते ठीक है चल कोई गल नहीं हो ठीक ठाक ते उत्ते सारे चल पुत अंदर बाग चलो देख ला नक्स देख ला मुंडे दे ठीक है ठीक है ज्यौंदी रहे मेरी ती हो ठीक ने भाई खैर परिवार भी ठीक है हाँ मैं सारा पता कर मेरी धी दे बधाइयां जी सोनू नाले सत श्री अकाल मेरा रिश्ता बढ़िया हो गया बढ़िया ठंडे हो गया तू की लेना आ गई उरे लाल आए तो करा जब भी बारी 1921 हुंदी नाले आपदा तां आपदा ही हुंदा फिर मैं आउणा ही सी जद मेरी धी थी आपदे वालीयां गल्लां करदियां तू बापू जी बस छड़ दो पुरानीयां गल्लां हुण देखती है मेरी गल सुन हुण पुरानीयां गल्लां भुल जाओ ऐ किवें भुल जाओ पुरानीयां तां मूहरे रखणियां पैंदियां ने देख तेरे प्यो नूं समझा ए सारा दिन तत्ता ही रहिंदा हर टाइम चाची अपनी गलती मान रहे फिर छड़ दो भी गुस्सा चल तेरे कहे तो कोई गल नहीं भाई कोई गल नहीं जे मैं इथों तैनूं उच्चा नीवा कहा गया बापू जी किदां दीआं गल्लां करदे हो तू निकल जा मोबाइल चो सारा दिन मोबाइल च बड़े रहने जिते ना तेरे बापू नाल मैं लड़के गई मैं तो सारी रात नींद नहीं आई
मेरा मन खराब हो गया बेचारे नु की कहना सी। हाँ बस भाई बस हूँ तो गल्ला तो किन्नी मर्जी कराई जाओ मगर वह बथेरिया कर जानती है। ओ चंगा मल जोते मैं खेत जाया वा कणक च मोटर चलती है खेत रोटी राटी ला ली मेरे आंदे नू। चलो सारे काम निबड़ गए रोटी बनाती बापू आन गए खेत चो आपे खा लैन गए सोनी आ घड़ी को। कोई गल नहीं जी सारी टीम तफ्तीश करने लगी हुई है जल्द ही पता ला लेंगे छेती पता करो भाई पैसे तक की परवाह ना करो किसी गल तो पैसे की की गल आई आज तो साडी दा प्यौती बंद आ आज तो पूरा हाथ लब के रहणगे याने मर के भाल दो भाई मेरी कुड़ी सोनू किसे ते शक है शक ता हैगा भाई शक ता मेनू आ साडा रीती सी बोलती है सोनू किसे तो डरदी लोड़ नहीं और सोडे नाल है ये पहले तो मेरी कुड़ी नाल डरदी पिटदी है ये बहुत हरामण जनानी है पहले तो लालच कर दिया जमींदार ਵੀ ਤਾਂ ਕੱਲੀ ਕੁੜੀ ਆ ਤਾਂ ਨਹੀਂ ਆਈ ਜਮੀਨ ਖੜਾਪਨ ਜਨਾਬ ਕੁਛ ਦੱਸ ਕਰਨੀ ਬਣਦੀ ਆ ਕੋਈ ਵੀ ਚਲੋ ਤੁਸੀਂ ਵੀ ਹੌਸਲਾ ਰੱਖੋ ਜੀ ਅਸੀਂ ਦੇਖ ਰਹੇ ਕੁੜੀ ਦੀ ਕਲਾਸ ਜੇ ਤੁਸੀਂ ਕੋਈ ਗੱਲ ਨਹੀਂ ਭਾਈ ਦੱਸਿਓ ਜੇ ਉਸ ਪਤਾ ਲੱਗਿਆ ਦੇਖ ਲੈ ਤੁਸੀਂ ਦੂਰ ਹੋ दुश्मन बनी हुई है तू मेरी धी तेरी ਅਹੀ ਜੀ ਨਹੀਂ ਹੈਗੀ ਤੇ ਮੇਰੀ ਕੁੜੀ ਜੇ ਮੈਂ ਤੈ ਬਣਾਤੀ ਨਾਲੇ ਤੂੰ ਘੱਟ ਝੜਕਦੀ ਤੀ ਉਹਨੂੰ ਸਾਰਾ ਦਿਨ ਖਾਣ ਪੈਂਦੀ ਤੀ ਦੇਖ ਲੈ ਹੁਣ ਤਾਂ ਅਸੀਂ ਤੈਨੂੰ ਵੀ ਬੁਰੇ ਲੱਗਣ ਲੱਗੇ ਬਸ ਸਾਡਾ ਕੀ ਹੋ ਗਿਆ ਵਿੱਚ ਖੋਟ ਸਾਰੇ ਤੇਰੀ ਨੇ ਹੋਰ ਕਿਹਦੇ ਖੋਟ ਨੇ ਸਾਰਾ ਦਿਨ ਉਹਨੂੰ ਝੜਕਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਦਿੱਤਾ ਤੈਨੂੰ ਨਾਲੇ ਹੁਣ ਮੈਂ ਪਹਿਲਾਂ ਹੀ ਰਹੀ ਨਹੀਂ ਸੀ ਮੈਂ ਤਾਂ ਹੁਣ ਬਹੁਤ ਬਦਲ ਗਈ ਸੀ ਮੈਂ ਤਾਂ ਆਪਦੀ ਧੀ ਵਾਂਗੂ ਸਮਝਣ ਲੱਗੀ ਸੀ ਉਹਨੂੰ ਪਹਿਲਾਂ ਦੀਆਂ ਗੱਲਾਂ ਤਾਂ ਮੈਂ ਕਦੇ ਉਹਨਾਂ ਰੱਖੀਆਂ ਨਹੀਂ ਕੀ ਬਸ ਕਰ ਭਾਈ मेरा खून पहले बहुत तपया पे मैं बहुत दुखी होया पे मेरी धी थे अजे मैं तीन अरदास करता हूं बग जा मेरे को मेरा मन बहुत दुखी होया पे आप ही कर लूगी पुलिस पता तेरी मर्जी है असि तो तेरे नाल खड़े जिवें तेरा चित करदा तू उवें कर पहले दिनों खड़े होंदे नाल हुण नाल खड़न वाली आ गई है मेनू आए दस कुछ मेरी गल सुन ल
अखा तो पट्टी तार शिवो नाल बाद च गल करी पता तू गल किहदे नाल करदा है शिवो नो है मेरा जे तेरा नाम भी शिवो मेरा नाम भी जाबे ओही बुढ़िया जी जेड़ी शेरे दे घरे उतन आई सी सूहा लेंदी फिरदी है सानू कोई पता नहीं है किसे दा ओही दसे कि बुढ़ी किथे पुछा है ज्योति भैन मैं मारता खूच सकते तेन शर्म नहीं आई तेन की जी सिबो कतल करके बच जाएगी तू से दस दस कि दबिया खूच पाई है मेरा नाम भी खाने का माई खेखन ना कर सीधी होके लाश दस किथे पई है सर गला घुट के मारिया होया जी इंसानियत खत्म हो गई सर हेलो जनाब लाश तो बरामद हो गई कर बेबे जेल दी खाने दियां तैयारियां कर ला तू हां पोस्टमार्टम होगा तब्दील चल रही है जी सलाम लेके आ रहे बस चल सीबो जेल दी रोटियां खाने हो जा तैयार होना मेरी धी तो की माड़ा हो गया धी डैणे मर